ਮੇਰੀ ਪਹਿਲੀ ਮੀਟਿੰਗ ਹੈ ਅਤੇ ਮੈਨੂੰ ਲੱਗ ਰਿਹਾ ਸਾਰੇ ਕੰਮ ਤਾਂ ਵਧੀਆ ਹੋ ਰਿਹਾ, ਸਹੀ ਢੰਗ ਨਾਲ ਹਰ ਬੰਦਾ ਆਪਣਾ ਕੰਮ ਕਰ ਰਿਹਾ। ਥੋੜ੍ਹੀਆਂ ਤਾਂ ਉੱਤੇ ਥੱਲੇ ਚੀਜ਼ਾਂ ਹੁੰਦੀਆਂ ਹੀ ਹੈ, ਉਹ ਹਰ ਕੰਮ 'ਚ ਹੁੰਦੀਆਂ, ਬਟ ਚੀਜ਼ਾਂ ਵਧੀਆ ਹੋ ਰਹੀਆਂ। ਅਤੇ ਮੇਰੇ ਵੱਲੋਂ ਜੋ ਵੀ ਮੈਂ ਦੇਖ ਰਿਹਾ ਕਿੱਥੇ ਸਾਡੇ ਵੱਲੋਂ ਕੋਈ ਚੀਜ਼ ਲੈਪਸ ਹੈ ਤਾਂ ਉਹਦੇ ਵੱਲ ਅਸੀਂ ਧਿਆਨ ਦੇਵਾਂਗੇ। ਮੀਟਿੰਗ ਦਾ ਮਤਲਬ ਇਹੀ ਹੁੰਦਾ ਕਿ ਸਮਝਣਾ ਇੱਕ ਦੂਜੇ ਨੂੰ, ਨਾਲੇ ਕੰਮ ਨੂੰ ਅੱਗੇ ਰੱਖੇ ਜਾਣਾ। ਬਸ ਇਹੀ, ਤੁਹਾਡੇ ਲੋਕਾਂ ਨੂੰ ਇਹੀ ਸੁਣਨਾ ਬਹੁਤ ਪਸੰਦ ਹੁੰਦਾ ਹੈ। ਕੰਮ ਤਾਂ ਚੱਲ ਹੀ ਰਿਹਾ, ਮੈਂ ਕਰ ਰਿਹਾ, ਢੇਰ ਸਾਰੀਆਂ ਚੀਜ਼ਾਂ ਹੋ ਰਹੀਆਂ। ਅਤੇ ਮੈਂ ਹੁਣ ਜਿਵੇਂ ਆਲਰੇਡੀ ਸਾਰਾ ਸਾਂਝਾ ਕੰਮ ਹੁੰਦਾ, ਜਿਵੇਂ ਹੁਣ ਆਪਣਾ ਵਿਨੋਦ ਖੰਨਾ ਜੀ ਨੇ ਆਪਣਾ ਉੱਥੇ ਕੀਤਾ ਸੀਗਾ, ਲੋ ਆਪਣੀ ਨਹਿਰੂ ਗੇਜ ਦਾ ਜਿਹੜਾ ਆਪਣਾ ਕੰਮ ਸੀਗਾ, ਜਿਹੜਾ ਅਟਕਿਆ ਹੋਇਆ ਸੀਗਾ। ਮੈਂ ਵੀ ਜਦ ਆਇਆ ਸੀ ਪਹਿਲੀ ਵਾਰ ਇਲੈਕਸ਼ਨ 'ਚ ਤਾਂ ਉੱਥੇ ਮੈਂ ਫਸ ਗਿਆ ਸੀ। ਉਸ ਵੇਲੇ ਪਤਾ ਚੱਲਿਆ ਕਿ ਇੱਥੇ ਦੀ ਮੁਸੀਬਤ ਹੈ, ਇਹ ਕਿੰਨੀ ਬੜੀ ਮੁਸੀਬਤ ਹੈ। ਅਤੇ ਕਈ ਸਾਲਾਂ ਤੋਂ ਚੱਲ ਰਹੀ ਸੀ, ਅਤੇ ਫਿਰ ਮੈਂ ਉਹਦੇ ਪਿੱਛੇ ਲੱਗਿਆ, ਅਤੇ ਪੰਜਾਬ ਗਵਰਨਮੈਂਟ ਨਾਲ ਵੀ ਅਸੀਂ ਗੱਲਾਂ ਬਾਤਾਂ ਕੀਤੀਆਂ, ਜਿਹਦੇ ਨਾਲ ਜਾ ਕੇ ਫਿਰ ਹੁਣ ਪੂਰੀ ਚੀਜ਼ ਸੈਂਕਸ਼ਨ ਹੋ ਗਈ ਹੈ, ਹੁਣ ਇਹਨੂੰ ਅੱਗੇ ਲੈ ਕੇ ਜਾਵਾਂਗੇ। ਅਤੇ ਉਹ ਤੋਂ ਇਲਾਵਾ ਕਿੰਨੇ ਇੱਦਾਂ ਦੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਕਿ ਹੁਣ ਉਹਨਾਂ ਦੇ ਵਰਕ ਮੈਂ ਆਹ ਕਰ ਰਿਹਾ, ਉਹ ਕਰ ਰਿਹਾ, ਮੈਨੂੰ ਆਪ ਨੂੰ ਖੁਦ ਆਪਣੀ ਗੱਲਾਂ ਕਰਦੇ ਹੋਏ ਮੈਨੂੰ ਜਿਹੜਾ ਅਜੀਬ ਜਿਹਾ ਲੱਗਦਾ, ਪਰ ਢੇਰ ਸਾਰਾ ਕੰਮ ਹੋ ਰਿਹਾ, ਢੇਰ ਸਾਰੇ ਲੋਕਾਂ ਦੀ ਅਸੀਂ ਲੁਕਆਫਟਰ ਕਰ ਰਹੇ ਹਾਂ, ਕਿੰਨੇ ਬੰਦੇ ਬਾਹਰ ਹੈ ਫਸੇ ਹੋਏ ਉਹਨਾਂ ਨੂੰ ਅਸੀਂ ਲਿਆਉਂਦੇ ਹਾਂ, ਕਿੰਨੇ ਬੰਦੇ ਹੈਗੇ ਜਿਹਨਾਂ ਦੀਆਂ ਜਿਹੜੀਆਂ ਆਪਣੀਆਂ ਸਕੀਮਾਂ ਹੈਗੀਆਂ, ਬਿਮਾਰ ਹੈ ਉਹਨਾਂ ਦੀ ਇਲਾਜ ਕਰਵਾ ਰਹੇ ਹਾਂ, ਹੋਰ ਢੇਰ ਸਾਰੀਆਂ ਚੀਜ਼ਾਂ ਹੋ ਰਹੀਆਂ। ਇਹਦੇ ਵਿੱਚ ਜਿਹੜੀਆਂ ਸੈਂਟਰ ਦੀਆਂ ਚਲਾਈਆਂ ਗਈਆਂ ਸਕੀਮਾਂ, ਉਹਨਾਂ ਦੇ ਬਾਰੇ, ਉਹਦੀ ਪ੍ਰੋਗਰੈਸ ਬਾਰੇ ਜਾਣਕਾਰੀ ਲਈ ਜਾਂਦੀ ਹੈ। ਔਰ ਅੱਜ ਪਹਿਲੀ ਮੀਟਿੰਗ ਕੀ ਆ, ਮੇਰੇ ਨਾਲ ਸੰਨੀ ਦਿਓਲ ਜੀ ਵੀ ਜਿਹੜੇ ਅੱਜ ਇੱਥੇ ਆਏ ਨੇ ਪਹਿਲੀ ਮੀਟਿੰਗ ਵਿੱਚ, ਔਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਉਹਨਾਂ ਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕੀਤਾ। ਇੱਕ ਤਾਂ ਜਿਹੜੀ ਆਯੁਸ਼ਮਾਨ ਸਿਹਤ ਸਰਬੱਤ ਸਿਹਤ ਬੀਮਾ ਯੋਜਨਾ, ਇਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ। ਇਹਦੇ ਨਾਲ ਹੀ ਜਿਹੜੀਆਂ ਹੋਰ ਸਕੀਮਾਂ ਸ਼ੁਰੂ ਕੀਤੀਆਂ ਉਹਨਾਂ ਦੇ ਬਾਰੇ ਵੀ ਕਾਫੀ ਡਿਸਕਸ ਹੋਇਆ। ਚਾਹੇ ਸਕੂਲਾਂ ਦੀ ਸਕੀਮ ਹੈ, ਸਕੂਲਾਂ ਦੇ ਵਿੱਚ ਕੋਈ 5-6 ਕਰੋੜ ਰੁਪਇਆ ਖਰਚ ਹੋਇਆ। ਇਸੇ ਤਰ੍ਹਾਂ ਜਿਹੜੇ ਮਿਡ ਡੇ ਮੀਲਸ ਹੈ, ICDS ਸਕੀਮਾਂ ਨੇ, ਇਹ ਸਾਰਿਆਂ ਦੀ ਪ੍ਰੈਸ ਨੋਟ ਡੀ ਸਾਹਿਬ ਤੁਹਾਨੂੰ ਡਿਟੇਲ 'ਚ ਦੱਸ ਦੇਣਗੇ। ਦੇਖੋ, ਕਰੋੜਾਂ ਰੁਪਈਆ ਸੈਂਟਰ ਦੀਆਂ ਸਕੀਮਾਂ 'ਚ ਖਰਚ ਹੁੰਦਾ, ਚਾਹੇ ਉਹ ਬੱਚਿਆਂ ਦਾ ਖਰਚਾ ਹੋਵੇ, ਚਾਹੇ ਸਿਹਤ 'ਤੇ ਖਰਚ ਹੋਵੇ, ਜਾਂ ਮਿਡ ਡੇ ਮੀਲ ਸਕੀਮ ਹੋਵੇ, ਜਾਂ ICDS ਦੇ ਵਿੱਚ ਹੋਵੇ ਖਰਚ ਹੋ ਜਾਵੇ, ਤੁਸੀਂ ਡਿਟੇਲ ਤੁਹਾਨੂੰ ਡੀ ਸਾਹਿਬ ਦੇ ਦੇਣਗੇ। ਔਰ ਮੈਂ ਸਾਰੇ ਅਫਸਰ ਨੂੰ ਇਹ ਕਿਹਾ ਵੀ ਜਿਹੜੀ ਸਕੀਮਾਂ ਦਾ ਫਾਇਦਾ ਸਾਰੇ ਲੋਕਾਂ ਨੂੰ, ਗਰੀਬ ਜਨਤਾ ਤੱਕ ਪਹੁੰਚੇ, ਇਹ ਇਨਸ਼ੋਰ ਕਰਨਾ ਜ਼ਰੂਰੀ ਹੈ। ਜਿਵੇਂ ਘਰ ਲੋਕਾਂ ਨੂੰ ਘਰ ਬਣਾ ਕੇ ਦੇਣੇ ਨੇ, ਜਿਹੜਾ ਗਰੀਬ ਹੈ ਉਹਦਾ ਜਿਹੜਾ ਘਰ ਸੱਚਮੁੱਚ ਘਰ ਨਹੀਂ ਹੈ ਉਹਨੂੰ ਵਿੱਚ ਪਾਈਏ। ਔਰ ਇਸ ਤਰ੍ਹਾਂ ਜਿਹੜੇ ਲੋਕ ਸਮਾਰਟ ਕਾਰਡ ਅੱਜ ਕੱਲ੍ਹ ਬਣ ਰਹੇ ਨੇ, ਉਹ ਸਮਾਰਟ ਕਾਰਡ ਮੈਂ ਇਹਨਾਂ ਨੂੰ DFSC ਸਾਹਿਬ ਨੂੰ ਕਿਹਾ, DC ਨੇ ਵੀ ਉਹਨਾਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਜੇ ਸਮਾਰਟ ਕਾਰਡ ਜਾਂ ਜਿਹੜੇ ਬਣਾਉਣੇ ਜਿਹਨਾਂ 'ਚ ਰਾਸ਼ਨ ਕਾਰਡ ਮਿਲਦਾ, ਭਾਰਤ ਸਰਕਾਰ ਦੀ ਸਕੀਮ ਹੈ 100%, ਉਹਦੇ ਵਿੱਚ ਕਾਰਡ ਬਣਾਉਣ ਲੱਗੇ ਕਿਸੇ ਦਾ ਨਾਲ ਵਿਤਕਰਾ ਨਾ ਹੋਵੇ, ਇਹ ਇਨਸ਼ੋਰ ਕਰਨਾ, ਔਰ ਕੋਈ ਗਰੀਬ ਬੰਦਾ ਰਹਿ ਨਾ ਜਾਵੇ ਇਹਨੂੰ ਇਨਸ਼ੋਰ ਕਰਨਾ। ਅਗਲੀ ਮੈਂ ਇਹਨਾਂ ਨੂੰ ਕਿਹਾ, ਤਾਂ ਉਹ ਆ ਰਿਹਾ ਸਾਰਾ ਕੁਛ, ਕੋਈ ਐਸੀ ਗੱਲ ਨਹੀਂ ਹੈ। ਪੰਜਾਬ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਐਸੀਆਂ ਹੈ, ਜਿਹੜੇ ਸੈਂਟਰ ਨੇ ਪੈਸੇ ਭੇਜੇ, ਹਲੇ ਉਹਨੇ ਹੋਰ ਕਿਤੇ ਪੈਸੇ ਖਰਚ ਕਰ ਲਏ, ਅੱਗੇ ਨੂੰ ਮਿਲ ਨਹੀਂ ਰਹੇ। ਸਕੋਲਰਸ਼ਿਪ ਦਾ ਰੌਲਾ ਪੈਂਦਾ, ਸਕੋਲਰਸ਼ਿਪ ਦੀ ਇਹਦੇ ਵਿੱਚ 400, ਮੈਨੂੰ ਮੈਂ ਕੱਲ੍ਹ ਪਰਸੋਂ ਪੁੱਛ ਰਿਹਾ ਸੀ ਮੰਤਰੀ ਜੀ ਨੂੰ, 435 ਕਰੋੜ ਰੁਪਏ ਦੇ ਆਰ ਰੈਡੀ ਟੂ ਜਸਟ ਰਿਲੀਜ਼, ਲੇਕਿਨ ਕਿਉਂਕਿ ਪਹਿਲਾਂ ਦੀ ਯੂਟੀਲਾਈਜੇਸ਼ਨ ਨਹੀਂ ਗਿਆ ਔਰ ਨਾ ਮਿਲਣ ਕਰਕੇ ਉਹ ਅੱਗੇ ਪੈਸੇ ਭੇਜ ਨਹੀਂ ਸਕਦੇ ਹੈ। ਦਿੱਲੀ ਇਲੈਕਸ਼ਨ ਦਾ ਸਰ ਕੀ ਰਹੇਗਾ? ਦਿੱਲੀ ਇਲੈਕਸ਼ਨ ਚੱਲ ਰਹੀ ਹੈ ਜੀ, ਲੋਕ ਫੈਸਲਾ ਕਰਨਗੇ। ਮੈਂ ਨਹੀਂ ਸੁਣਿਆ ਕਦੇ, ਮੈਨੂੰ ਤਾਂ ਨਹੀਂ ਕਿਹਾ, ਮੇਰੇ ਕੋਲ ਜਦੋਂ ਆਉਂਦੀ ਹੈ ਕਹਿੰਦੇ ਅਸੀਂ ਬਹੁਤ ਖੁਸ਼ ਹੈ, ਇਜ਼ ਵੈਰੀ ਹੈਪੀ। ਉਹ ਖਾਲੀ ਤਾਂ ਵੈਸੇ ਦਿੱਲੀ ਵੀ ਖੁਸ਼ ਆ, ਨਹੀਂ ਐਸੀ ਕੋਈ ਗੱਲ ਨਹੀਂ ਹੈ।